ਪਿਛਲੇ ਕੁਛ ਦਿਨਾਂ ਤੋਂ ਬੇਮੌਸਮੀ ਬਰਸਾਤ ਕਾਰਨ ਜਿੱਥੇ ਕਿਸਾਨਾਂ ਦੀ ਫਸਲਾਂ ਦਾ ਤਾਂ ਭਾਰੀ ਨੁਕਸਾਨ ਹੀ ਹੋ ਰਿਹਾ, ਉੱਥੇ ਆਮ ਲੋਕਾਂ ਦੇ ਘਰਾਂ ਦਾ ਵੀ ਕਾਫੀ ਨੁਕਸਾਨ ਹੋ ਰਿਹਾ ਹੈ। ਹਲਕਾ ਗਿੱਦੜਬਾਹਾ ਦੇ ਪਿੰਡ ਭਲਾਈਆਂ ਨੇ ਦਿਆ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਪਿਛਲੇ ਕੁਛ ਦਿਨਾਂ ਤੋਂ ਬਾਰਿਸ਼ ਹੋ ਰਹੀ ਸੀ, ਬਾਰਿਸ਼ ਦੇ ਕਾਰਨ ਦੋ ਸਕੇ ਭਰਾਵਾਂ ਦਾ ਘਰ ਉਹ ਡਿੱਗ ਕੇ ਢਹਿ ਢੇਰੀ ਹੋ ਗਿਆ। ਹਾਲਾਂਕਿ ਕੋਈ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਹੋਇਆ, ਲੇਕਿਨ ਮਕਾਨ ਜਿਹੜਾ ਹੈਗਾ ਡਿੱਗ ਕੇ ਇੱਕ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਜਗਦੀਪ ਅਤੇ ਬਲਜਿੰਦਰ ਸਿੰਘ ਦੱਸਿਆ ਕਿ ਬੀਤੀ ਰਾਤ ਨੂੰ ਜਦੋਂ ਮੀਂਹ ਪੈ ਰਿਹਾ ਸੀ, ਉਹਨਾਂ ਦੀ ਘਰ ਦੀ ਛੱਤ ਜਿਹੜੀ ਗਈ ਸੀ ਅਚਾਨਕ ਡਿੱਗ ਗਈ, ਉਹਨਾਂ ਨੇ ਮਸਾਂ ਹੀ ਆਪਣੀ ਭੱਜ ਕੇ ਜਾਣ ਬਚਾਈ। ਉਹਨਾਂ ਨੇ ਬੜਾ ਭਾਵੁਕ ਹੋ ਕੇ ਦੱਸਿਆ ਕਿ ਪਿਛਲੇ 10 ਕੁ ਸਾਲ ਪਹਿਲਾਂ ਆਪਾਂ ਬੜੀ ਮਿਹਨਤ ਨਾਲ ਮਕਾਨ ਬਣਾਇਆ ਸੀ, ਜੋ ਕਿ ਹੁਣ ਬੇਮੌਸਮੀ ਬਰਸਾਤ ਦੇ ਗੜੇਮਾਰੀ ਦਾ ਭੇਟ ਚੜ ਚੁੱਕਾ ਆ, ਸਾਡਾ ਬਹੁਤ ਸਾਰਾ ਨੁਕਸਾਨ ਹੋ ਗਿਆ ਆ। ਅਸੀਂ ਸਮਾਜ ਸੇਵੀ ਸੰਸਥਾਵਾਂ ਕੋਲੋਂ ਮਦਦ ਦੀ ਅਪੀਲ ਕਰਦੇ ਹਾਂ ਕਿ ਤਾਂ ਕਿ ਸਾਡੀ ਬਾਂਹ ਫੜੀ ਜਾਵੇ ਅਤੇ ਅਸੀਂ ਆਪਣੇ ਆਸ਼ੀਆਨੇ ਦੇ ਵਿੱਚ ਫਿਰ ਤੋਂ ਵੱਸ। ਅਤੇ ਅੱਜ ਮਕਾਨ ਵੀ ਢਿਹਾ ਪਿਆ ਤਾਂ ਬੰਦਾ ਕੀ ਸੋਚ ਸਕਦਾ, ਇਸ ਤੋਂ ਬਾਅਦ ਕਿੱਦਾਂ ਕੁ ਬੰਦਾ ਕੁਛ ਕਰ ਸਕਦਾ। ਅੱਜ ਦਾ ਚੱਕਣਾ ਵੀ ਸਾਨੂੰ ਮੁਸ਼ਕਿਲ ਲੱਗਦਾ ਕਿ ਕਿਹੜੇ ਹਿਸਾਬ ਨਾਲ ਚੱਕਿਆ ਜਾਊਗਾ ਡਿੱਗਿਆ। ਵੇਖ ਵੇਖ ਕੇ ਡਰ ਆਉਂਦਾ ਨਾ, ਡਰ ਆਉਂਦਾ ਬਾਈ ਜੀ, ਵੇਖ ਕੇ ਅੱਖਾਂ ਚੋਂ ਨਹੀਂ ਇੰਨਾ ਦਿਨ ਰਾਤ ਬਾਈ ਜੀ, ਇਹਨੂੰ ਵੇਖੀ ਜਾਂਦੇ ਕੀ ਹੋ ਗਿਆ ਅਤੇ ਕੀ ਬਣੂਗਾ, ਅੱਗੇ ਕੀ ਬਣੂਗਾ। ਦੋਨਾਂ ਭਰਾਵਾਂ ਦਾ ਇਕੱਠੇ ਮਕਾਨ ਸੀ, ਸਾਰਾ ਇਕੱਠੇ ਢਹਿ ਗਿਆ ਨਾ। ਇਕੱਠੇ ਹੀ ਢਹਿ ਗਿਆ ਜੀ, ਬਾਪੂ ਨੇ ਪਹਿਲਾਂ ਪਾ ਕੇ ਗਿਆ ਹੋਇਆ ਸੀ। ਬਾਪੂ 8 ਸਾਲ ਪਹਿਲਾਂ ਬਾਪੂ ਦੀ ਮੌਤ ਹੁੰਦੀ ਹੈ ਅਤੇ ਬਾਪੂ ਨੇ ਇਕੱਠਾ ਹੀ ਸਾਰਾ ਇੱਕੋ ਜਿਹਾ ਮਕਾਨ ਪਾ ਕੇ, ਕੋਈ ਕਮੀ ਨਹੀਂ ਸੀ ਮਕਾਨ ਦੇ ਵਿੱਚ, ਕੋਈ ਇੱਕ ਕੈਬਨ ਲਾਉਣ ਬੰਨੀ ਉਹ ਵੀ ਨਹੀਂ ਛੱਡਿਆ ਸੀ ਕਿ ਉਹਨੇ 5-7 ਸਾਲਾਂ 'ਚ ਸਾਰਾ ਅੰਦਰੋਂ ਕੰਪਲੀਟ ਕਰਤਾ ਸੀ, ਲਾਸ਼ ਜੋੜੀਆਂ, ਕੋਈ ਲਵਾਰੀ ਕੁਛ ਨਹੀਂ ਛੱਡਿਆ ਸੀ। ਅਤੇ ਅੱਜ ਬੈਠੇ ਢੇਰੀ ਆ ਬਾਪੂ ਦੀਆਂ ਇੱਕ ਉਮੀਦਾਂ ਸੀ ਜਿਹੜੀਆਂ ਯਾਦਾਂ ਜੁੜ ਗਈਆਂ ਸੀ, ਜਿਹੜਾ ਗਾ ਜਵਾਕਾਂ ਨੂੰ ਦੱਸਿਆ ਯਾਰ ਸਾਡੇ ਬਾਪੂ ਨੇ ਸਾਡੇ ਲਈ ਆਹ ਕੁਛ ਬਣਾ ਕੇ ਗਿਆ ਸੀ ਅਤੇ ਅਸੀਂ ਅੱਜ ਕੀ ਦੱਸ ਸਕਦੇ ਹਾਂ, ਕੀ ਕਹਿੰਦਾ ਜਵਾਕਾਂ ਨੂੰ ਕਹਾਂਗੇ ਕਿ ਸਾਡਾ ਬਾਪੂ ਆਹ ਕਰਕੇ ਗਿਆ ਸੀ। ਹੈਂ ਬਾਈ ਜਿਹੜੀ ਪੈਲੀ ਵਗੈਰਾ ਠੇਕੇ 'ਤੇ ਵੀ ਲੈਂਦੇ ਬਈ ਆਪਦੀ ਉਹਦੇ 'ਤੇ ਕਰਦੇ ਸੀਗੇ ਸਾਰਾ। ਬਾਈ ਜੀ ਠੇਕੇ 'ਤੇ ਵੀ ਲੈਂਦੇ ਹਾਂ, ਠੇਕੇ ਵਾਲੀ ਵੀ ਉਹ ਡੁੱਬੀ ਖੜੀ ਆ ਵੀ 70-70 ਹਜ਼ਾਰ ਰੁਪਇਆ ਦੇ ਕੇ, ਪਰ ਉਹਦੇ 'ਚ ਮਨ ਸਮਝਾਇਆ ਕਿ ਜਿਹੜਾ ਕੁਛ ਹੋ ਗਿਆ ਕੁਦਰਤ ਦੇ ਲੋਕਾਂ ਦੇ ਨਾਲ ਆ, ਜੋ ਕਰ ਗਿਆ ਹੋ ਗਿਆ, ਕਿ ਉਹਦੇ 'ਤੇ ਆਪਾਂ ਕੁਛ ਨਹੀਂ ਕਰ ਸਕਦੇ। ਠੀਕ ਹੈ, ਨਰਮੇ ਦੇ ਰੇਟ ਹੈ ਨਹੀਂ ਸੀ, ਨਰਮਾ ਮਰਿਆ, ਜਿਹੜਾ ਹੋਇਆ ਉਹ ਰੇਟ ਦੇ ਝਾਕੀ ਜਾਂਦੇ ਸੀ, ਉਹ ਤੁਹਾਡੇ ਸਾਹਮਣੇ ਕਮਰੇ 'ਚ ਪਿਆ, ਜਿਹੜਾ ਕਿ ਅੱਜ ਮੌਤ ਦੇ ਮੂੰਹ ਵਿੱਚ ਬੰਦਾ ਜਿਵੇਂ ਹੁੰਦਾ ਫਸਲ ਆ, ਨਾ ਉਹ ਕੱਢ ਸਕਦਾ ਅਤੇ ਡਰ ਲੱਗੀ ਜਾਂਦਾ ਕਿ ਵਿੱਚੇ ਰਹਿ ਜੂੰਗਾ ਜੇ ਉਹ ਮੇਨ ਨਰਮਾ ਕੱਢ ਦਿੰਦਾ। ਬਾਈ ਕੀ ਬੰਦਾ ਕਰ ਸਕਦਾ, ਜਿਹੜੀ ਸਾਲ ਦੀ 6 ਮਹੀਨੇ ਦੀ ਖੇਤੀ ਪਈ ਆ ਉਹ ਵੀ ਅੰਦਰ ਪਈ ਆ, ਤੇ ਹੋਰ ਉਮੀਦਾਂ ਬੰਦਾ ਕੀ ਕਰ ਸਕਦਾ, ਇਸ ਤੋਂ ਵੱਧ ਤਾਂ ਕੁਛ ਨਹੀਂ ਬਾਈ ਸੋਚ ਸਕਦਾ ਬੰਦਾ। ਕੀ ਅਪੀਲ ਹੈ ਸਰਕਾਰ ਪ੍ਰਸ਼ਾਸਨ ਤੋਂ? ਬਾਈ ਜੀ ਸਰਕਾਰ ਤੋਂ ਮੈਨੂੰ ਇਹ ਅਪੀਲ ਆ ਕਿ ਇਹੀ ਆਸ ਆ, ਕਹਿ ਤਾਂ ਦਿੰਦੇ ਆ ਸਰਕਾਰਾਂ, ਕਹਿ ਦਿੰਦੇ ਅਸੀਂ ਬੜਾ ਕੁਛ ਕਰਦੇ ਹਾਂ, ਪਰ ਅੱਜ ਸਰਕਾਰਾਂ ਦੇ ਸਾਹਮਣੇ ਆ, ਸਾਰਾ ਮੀਡੀਆ ਦੇ ਵਿੱਚ ਸਾਰਾ ਪਤਾ ਚੱਲੀ ਜਾਂਦਾ ਕੀ ਹੋਇਆ, ਅਤੇ ਅੱਗੇ ਉਮੀਦ ਰੱਖਦਾ ਕਿ ਆਉਣ ਵਾਲੀ ਸਾਡੀ ਸਰਕਾਰ ਇਹ ਸਾਡੇ ਲਈ ਕੀ ਕਰਦੀ ਹੈ, ਕਿਉਂਕਿ ਉਮੀਦਾਂ ਸਾਨੂੰ ਬਹੁਤ ਜ਼ਿਆਦਾ ਇਹ ਸਰਕਾਰ ਤੋਂ, ਜਿਹੜੀ ਕਿ ਆਪ ਉਂਗਲ ਰੱਖ ਕੇ ਬਣਾਈ ਵੀ ਹੈ, ਪਰ ਅੱਜ ਅਸੀਂ ਵੇਖਦੇ ਹਾਂ ਸਰਕਾਰਾਂ ਕੀ ਕਰਦੀਆਂ। ਠੀਕ, ਮੇਰਾ ਨਾਮ ਜਗਦੀਪ ਆ ਬਾਈ, ਪਿਤਾ ਦਾ ਨਾਮ ਜਰਨੈਲ ਸਿੰਘ ਆ। ਕਿਸ ਤਰ੍ਹਾਂ ਜਿਹੜਾ ਇਹ ਮਕਾਨ ਸਾਰਾ ਢਹਿ ਢੇਰੀ ਹੋ ਗਿਆ ਬਾਈ? ਬਾਈ ਇਹ ਨਾ ਜਿਹੜਾ 24 ਤਰੀਕ ਵਾਲਾ ਮੀਂਹ ਨਹੀਂ ਆਇਆ, ਉਹ ਬਹੁਤ ਜ਼ਿਆਦਾ ਸੀਗਾ। ਇੱਕ ਤਾਂ ਸਾਡੇ ਗੜੇ ਆਏ ਆ ਦਿਨੇ 12-1 ਵਜੇ, ਅਤੇ ਫਿਰ ਸਾਡੇ ਗੜੇ ਆਏ ਆ ਰਾਤ ਨੂੰ 11 ਵਜੇ, ਫਿਰ ਆਇਆ 2:30 ਵਜੇ, ਅਤੇ ਫਿਰ ਸ਼ਾਮ ਨੂੰ ਵੀ ਆਇਆ 4 ਵਜੇ ਤਾਂ ਗੜੇ ਆਏ, ਕਿਉਂਕਿ ਗੜਾਂ 'ਚ ਮੀਂਹ ਬਹੁਤ ਜ਼ਿਆਦਾ ਸੀ, ਜਿਹੜਾ ਪਾਣੀ ਆ ਪਿਛਲੇ ਵਾਹਨਾਂ ਦਾ ਸਾਰਾ ਪਾਣੀ ਆ ਗਿਆ ਇੱਥੇ, ਅਤੇ ਇੱਥੇ ਸਾਰਾ ਨੀਵਾਂ ਥਾਂ ਰਹਿ ਗਿਆ ਏ। ਜਦੋਂ ਪਿੱਛੋਂ ਪਾਣੀ ਆਈ ਗਿਆ, ਨਾਲ ਨਾਲ ਕੰਧਾਂ ਦੇ ਨਾਲ ਲੱਗ ਕੇ ਸਾਰੇ ਸਲਾਬ ਆ ਗਏ ਸਾਰੇ ਮਕਾਨ, ਅਤੇ ਫਿਰ ਜਿਹੜੇ ਪਿੱਛੇ ਇੱਧਰ ਸਾਰੇ ਵਾਹਣੇ ਖਤਰੇ 'ਚ ਆ ਪਏ, ਨੀਵੇਂ ਇੱਥੇ ਲੋਕਾਂ ਦੇ ਘਰ ਹੋਰ ਵੀ ਬਈ ਹੈਗੇ ਆ ਨੀਵੇਂ ਥਾਂ 'ਚ, ਫਸਲਾਂ ਸਾਰੀਆਂ ਡੁੱਬੀਆਂ ਪਈਆਂ, ਫਸਲਾਂ ਸਾਰੀਆਂ ਮਰ ਗਈਆਂ ਬਈ, ਘਰ ਤਾਂ ਤੁਹਾਡੇ ਸਾਹਮਣੇ ਤੁਹਾਨੂੰ ਦਿਸੀ ਜਾਂਦਾ। ਕਿੰਨੀ ਕੁ ਮਿਹਨਤ ਲੱਗ ਗਈ ਸੀ ਬਈ ਇਹਨੂੰ ਬਣਾਉਣ ਵਾਸਤੇ, ਖੜਾ ਕਰਨ? ਬਾਈ ਯਾਰ ਜਿਹੜੇ ਇੱਕ ਜ਼ਿਮੀਦਾਰ, ਆਪਾਂ ਨੋਰਮਲ ਜ਼ਿਮੀਦਾਰ ਹਾਂ, ਆਪਣੇ ਕੋਲ ਜ਼ਿਆਦਾ ਕੁਛ ਤਾਂ ਹੁੰਦਾ ਨਹੀਂ ਗਾ, ਕਿ ਖੇਤੀ ਹੁੰਦੀ ਆ 6 ਮਹੀਨਿਆਂ ਬਾਅਦ ਹੁੰਦੀ ਹੈ ਨਾ, ਕਿ ਪਹਿਲਾਂ ਤਾਂ ਤੁਹਾਨੂੰ ਪਤਾ ਫਸਲਾਂ ਨਰਮੇ ਬੀਜਦੇ ਹੁੰਦੇ ਸੀ, ਪਹਿਲਾਂ ਨਰਮੇ ਦੀ ਖੇਤੀ ਹੁੰਦੀ ਸੀ, ਕਦੇ ਗੜੇ ਮਾਰੇ ਹੋ ਗਏ, ਕਿਤੇ ਨਰਮੇ ਮਰ ਗਏ, ਕਿਤੇ ਚੰਗੇ ਬੀਜ ਨਹੀਂ ਆਏ, ਹੁਣ ਤੱਕ ਮਾਰਾਂ ਹੀ ਚੱਲਦੇ ਆਏ ਹਾਂ ਬਾਈ। ਅਤੇ ਹੌਲੀ ਹੌਲੀ ਪਹਿਲਾਂ ਤਾਂ ਮਕਾਨ ਇੱਟਾਂ 'ਤੇ ਖੜਾ ਕੀਤਾ ਸੀ, 2 ਸਾਲ ਬਾਅਦ ਇਹਨੂੰ ਵੀ ਪਲਸਤਰ ਕੀਤਾ, ਫਿਰ 1.5-2 ਸਾਲ ਬਾਅਦ ਫਰਸ਼ ਲਾਈ, 1.5-2 ਸਾਲ ਮੰਨ ਕੇ ਚਲੋ ਲੱਗ ਜਾਂਦੇ ਆ ਜੋੜੀਆਂ ਲਾਈਆਂ, ਕਿ 8 ਸਾਲਾਂ 'ਚ ਤਾਂ 9 ਸਾਲਾਂ 'ਚ ਤਾਂ ਖੜਾ ਕੀਤਾ ਸੀ ਮਕਾਨ, ਕਿ ਐਡੇ ਤਾਂ ਆਪਾਂ ਹੈ ਨਹੀਂ ਕਿ ਤੁਹਾਨੂੰ ਪਤਾ ਲੋਨ ਰਜੀ ਕਿੰਨੀ ਕੁ ਬੱਚਤ ਹੁੰਦੀ ਹੈ, ਕਿੰਨਾ ਕੁ ਫਸਲਾਂ ਤੋਂ ਬਚਦਾ ਤਾਂ ਆਪਾਂ ਨੂੰ ਵੀ ਪਤਾ, ਇੱਕ ਤਾਂ ਆਪਦੀ ਜ਼ਮੀਨ ਵਾਲੀ ਜ਼ਿਆਦਾ ਨੂੰ ਠੇਕੇ 'ਤੇ ਲੈ ਕੇ ਬਈ ਟਾਈਮ ਪਾਸ ਕਰਦੇ ਹਾਂ ਆਪਾਂ, ਅਤੇ ਟਾਈਮ ਪਾਸ ਕਰਦੇ, ਹੁਣ ਤੁਹਾਨੂੰ ਪਤਾ ਵੀ ਫਸਲਾਂ ਦਾ ਸਾਹਮਣੇ ਦਿੱਸੀ ਪਈਆਂ, ਸਾਰਿਆਂ ਦੀਆਂ ਮਰੀਆਂ, ਟੁੱਟਲੀ ਮਰੀਆਂ ਪਈਆਂ, ਇੱਕ ਭਲਾਈਆਂ ਦੇ ਵਿੱਚ ਤਾਂ ਸਭ ਤੋਂ ਵੱਧ ਹੀ ਨੁਕਸਾਨ ਹੋਇਆ, ਇੱਥੇ ਗੜੇ ਮਰੀ ਬਹੁਤ ਜ਼ਿਆਦਾ ਸੀ ਅਤੇ ਪਾਣੀ ਵੀ ਬਹੁਤ ਜ਼ਿਆਦਾ ਸੀ, ਹੁਣ ਜਦੋਂ ਫਸਲਾਂ ਹੀ ਮਰ ਗਈਆਂ ਤਾਂ ਬਈ ਰੱਬ ਨੇ ਤਾਂ ਜਿਹੜਾ ਦਿੱਤਾ ਹੀ ਮਕਾਨ ਉਹ ਵੀ ਖੋਲਿਆ ਯਾਰ, ਮਿਹਨਤ ਕਰਨ ਵਾਲੇ ਬੰਦੇ ਆ ਬਈ ਯਾਰ, 24 ਘੰਟਿਆਂ 'ਚੋਂ 16 ਘੰਟੇ ਮਿਹਨਤ ਕਰਨ ਦਾ ਜਜ਼ਬਾ ਰੱਖਦਾ, ਕਿਸੇ ਅੱਗੇ ਹੱਥ ਮੈਂ ਕਦੇ ਅੱਡਣਾ ਨਹੀਂ ਚਾਹੁੰਦਾ, ਕਿਸੇ ਤੋਂ ਕੁਛ ਮੰਗਣਾ ਨਹੀਂ ਚਾਹੁੰਦਾ, ਅੱਜ ਤੱਕ ਕੀਤਾ ਜਦੋਂ ਕੁਛ ਮਿਹਨਤ ਨਾ ਕੀਤਾ, ਪਰ ਰੱਬ ਨੇ ਜਮਾਂ ਧੱਕਾ ਕਰ ਗਿਆ ਯਾਰ, ਜਮਾਂ ਹੀ ਮਾਰ ਗਿਆ।
ਹੁਣ ਜਮਾ ਹੀ ਹੈ ਨੀ ਬਾਈ ਸਿਰ ਢੱਕਣ ਨੂੰ ਥਾਂ ਪਰ ਸਿਰ ਢੱਕਣ ਤੁਹਾਨੂੰ ਦੱਸੀ ਜਾਂਦੇ ਵੀ ਆਹ ਮਕਾਨ ਸੀ ਏਦਾਂ ਦਰਵਾਜ਼ਾ ਸੀਗਾ ਜਦੋਂ ਉਹ ਵੀ ਡਿੱਗੇ ਪਏ ਹੁਣ ਇਦੋਂ ਉੱਤੇ ਰਹਿ ਸਾਡੇ ਕੋਲ ਕੀ ਗਿਆ ਮਿਹਨਤ ਕਰਨ ਵਾਲੇ ਹੁਣ ਮਿਹਨਤ ਤਾਂ ਤੁਹਾਨੂੰ ਪਤਾ ਹੀ ਕਿ ਫਸਲ ਸੀ ਫਸਲ ਜਿਹਦੀ 6 ਮਹੀਨੇ ਬਾਅਦ ਆਊਗੀ ਆਪਾਂ ਉਹ ਕਰਾਂਗੇ ਹਨਾ ਅਤੇ ਫਸਲ ਆ ਜਿਹੜੀ ਉਹ ਵੀ ਬਈ ਜਮ੍ਹਾਂ ਤਬਾਹ ਹੋਈ ਪਈ ਆ ਹੋਰ ਵੀ ਸਾਡੇ ਪਿੰਡ 'ਚ ਇੱਕ ਦੋ ਬੰਦਿਆਂ ਦੀ ਤਾਂ ਜਮ੍ਹਾਂ ਹੀ ਮਾਰੀ ਗਈ ਯਾਰ 20-20 ਕਿੱਲੇ ਠੇਕੇ 'ਤੇ ਲਈ ਸੀ ਆਪਦੀ ਪੂੰਜੀ 3-4 ਕਿੱਲੇ ਪੈਲੀਆਂ ਦੇ ਕਿੰਨੀ ਕੁ ਹੁੰਦੇ ਤੈਨੂੰ ਵੀ ਪਤਾ ਬਈ ਉਹ ਸਾਰੀ ਫਸਲ ਮਾਰੀ ਕਿਸੇ ਨੂੰ ਅਟੈਕ ਹੋ ਗਿਆ ਕਿਸੇ ਨੂੰ ਕੁਛ ਹੋ ਗਿਆ ਸਾਰਿਆਂ ਨੂੰ ਹੋਈ ਜਾਂਦਾ ਬਈ ਯਾਰ ਕੀ ਕਰੂੰ ਬੰਦਾ ਫਸਲ 'ਤੇ ਉਮੀਦਾਂ ਹੁੰਦੀਆਂ ਬਈ 6 ਮਹੀਨਾ ਬਾਅਦ ਆਪਾਂ ਉਹ ਕਰਾਂਗੇ ਸੋਚਿਆ ਸੀ ਉਹ ਕਰਾਂਗੇ ਯਾਰ ਹਨਾ ਅਤੇ ਐਂ ਨਹੀਂ ਪਤਾ ਆਪਣੇ ਨਾਲ ਪਰਮਾਤਮਾ ਨੇ ਪਰ ਸ਼ੁਕਰ ਇੰਨਾ ਪਰਮਾਤਮਾ ਦਾ ਇਹ ਵੀ ਕਰਦੇ ਹਾਂ ਕਿ ਜਾਨੋਂ ਬਚ ਗਏ ਇਹ ਦੋਵਾਂ ਭਰਾਵਾਂ ਦਾ ਇਕੱਠਾ ਹੀ ਸੀ ਘਰ ਦੋਵਾਂ ਦਾ ਬਈ ਸਾਡੀ ਛੱਤ 1 ਹੀ ਸੀ ਦੋਨੇ ਭਰਾਵਾਂ ਦੀ ਦੋਨੇ ਭਰਾਵਾਂ ਨੇ ਇਕੱਠਾ ਹੀ ਪਾਇਆ ਸੀ ਅਸੀਂ ਮਕਾਨ ਉਦੋਂ ਬਾਅਦ 'ਚ ਅਸੀਂ ਅੱਡੋ ਅੱਡ ਹੋ ਗਏ ਸੀ ਵਿਚਾਲੇ ਕੰਧ ਹੀ ਕੱਢੀ ਸੀ ਇਕੱਲੀ 1 ਹੀ ਡਾਟਾ ਹੀ ਸਾਨੂੰ 1 ਹੀ ਛੱਤ ਇਕੱਠੀ ਪਾਈ ਹੋਈ ਸੀ ਉਹਨਾਂ ਜਦੋਂ ਪਾਈ ਸੀ ਨੁਕਸਾਨ ਦੀ ਗੱਲ ਕਰ ਲਈਏ ਬਈ ਕਿੰਨਾ ਕੁ ਸਮਝਦੇ ਨੁਕਸਾਨ ਤਾਂ ਘੱਟੋ ਪਰ ਬਈ ਮੇਰੇ ਹਿਸਾਬ ਨਾਲ 15-16 ਲੱਖ ਦਾ ਨੀਅਰ ਬੋਟ ਨਾਮ ਨਾਲ ਹੀ ਲੱਗਿਆ ਹੀ ਹੋਊਗਾ ਕਿ ਟੋਟਲ ਇੱਟ ਤੋਂ ਲੈ ਕੇ ਹਰੇਕ ਨਵਾਂ ਮਕਾਨ ਬਣਾਇਆ ਸੀ ਬਣਾਇਆ ਤਾਂ ਬਹੁਤ ਟਾਈਮ ਬਾਅਦ ਸੀ ਨਾਲ ਜੋੜਨਾ ਤੋਂ ਲੈ ਕੇ ਪੱਥਰ ਤੱਕ ਹਰੇਕ ਸ਼ੋਕੇਸ ਤੱਕ ਹਰੇਕ ਚੀਜ਼ ਕੋਈ ਕੰਪਲੀਟ ਕਰੀ ਸੀ ਕੋਈ ਇਹੋ ਜਿਹੀ ਚੀਜ਼ ਅਧੂਰੀ ਨਹੀਂ ਸੀ ਅੱਜ ਮੇਰੇ ਕੋਲ ਆਹ ਰਸੋਈ ਮੈਂ ਬਾਅਦ 'ਚ ਪਾਈ ਅੱਡ ਹੋ ਕੇ ਉਦੋਂ ਬਾਅਦ ਰਸੋਈ ਅਤੇ ਬਾਥਰੂਮ ਬਣਾਇਆ ਸੀਗਾ ਪਹਿਲਾਂ ਸਾਡਾ ਬਾਥਰੂਮ ਰਸੋਈ ਉੱਧਰ ਸੀ ਸਾਲ ਪਹਿਲਾਂ ਰਸੋਈ ਅਤੇ ਬਾਥਰੂਮ ਵੀ ਉਹ ਵੀ ਡਿੱਗ ਪਿਆ ਸੀਗਾ ਉਦੋਂ ਮੇਰੀ ਮੰਮੀ ਵਿੱਚ ਸੀ ਬਸ ਉਹ ਬਾਹਰ ਆਉਂਦੀ ਗਈ ਅਤੇ ਮਕਾਨ ਡਿੱਗਦਾ ਗਿਆ ਰਸੋਈ ਅਤੇ ਬਾਥਰੂਮ ਸਾਲ ਪਹਿਲਾਂ ਡਿੱਗ ਪਿਆ ਸੀਗਾ ਬਣਿਆ ਬਣਾਇਆ ਕੀ ਸਰਕਾਰ ਨੂੰ ਕੀ ਅਪੀਲ ਹੈ ਸਰਕਾਰ ਪ੍ਰਸ਼ਾਸਨ ਤੋਂ ਸਰਕਾਰ ਪ੍ਰਸ਼ਾਸਨ ਤੋਂ ਕੁਛ ਵੀ ਕਹਿ ਸਕਦੇ ਹਾਂ ਵੀ ਬਹੁਤੀਆਂ ਵੱਡੀਆਂ ਉਮੀਦਾਂ ਤਾਂ ਹੁੰਦੀਆਂ ਨਹੀਂ ਇਹ ਤਾਂ ਸਿਆਸੀ ਰੋਟੀਆਂ ਸਿੱਖਣੀਆਂ ਹੁੰਦੀਆਂ ਹਨ ਉਮੀਦ ਤਾਂ ਇਹੀ ਕਰਦੇ ਹਾਂ ਕਿਉਂਕਿ ਮਦਦ ਤਾਂ ਉਹ ਜੀ ਕਰੇ ਜੇ ਜਲੀਲ ਵੀ ਕਰਨ ਵਾਲੇ ਹੁੰਦੇ ਤੁਹਾਨੂੰ ਪਤਾ ਹੀ ਅੱਜ ਤੱਕ ਨਰਮਿਆਂ ਦੇ ਮੁਆਵਜ਼ੇ ਦੇ ਕਣਕਾਂ ਦਾ ਕੀ ਕੁਛ ਆਇਆ ਹਨਾ ਉਦੋਂ ਪਹਿਲਾਂ ਆਉਂਦੇ ਕਿਸੇ ਨੂੰ 50 ਰੁਪਏ ਨਾਲ ਚੱਕ ਕਿਸੇ ਨੂੰ 150 ਦਾ ਕਿਸੇ ਨੂੰ 1000 ਦਾ 2000 ਦਾ ਕੁਛ ਹੁੰਦਾ ਰਹਿੰਦਾ ਪਰ ਫਿਰ ਵੀ ਉਮੀਦਾਂ ਹੁੰਦੀਆਂ ਹਨਾ ਆਪਾਂ ਤੋਂ ਸਰਕਾਰ ਨੂੰ ਸਰਕਾਰ ਕੁਛ ਕਰੇ ਹੋਰ ਸਾਡੇ ਸਾਹਮਣੇ ਪਤਾ ਨੁਕਸਾਨ ਕੀ ਹੋਏ ਤਾਂ ਸਰਕਾਰ ਕੀ ਕਰੂ ਹਜੇ ਤੱਕ ਪ੍ਰਸ਼ਾਸਨ ਦਾ ਕੋਈ ਬੰਦਾ ਆਪਣੇ ਕੋਲ ਨਹੀਂ ਆਏਗਾ ਹਜੇ ਤੱਕ ਕਿਸੇ ਅਧਿਕਾਰੀ ਨੂੰ ਕਿਸੇ ਨੂੰ ਸੂਚਿਤ ਕੀਤਾ ਕਿਸ ਬਾਬਤ ਪਟਵਾਰੀ ਵਗੈਰਾ ਜਾਂ ਹਾਂ ਪਟਵਾਰੀ ਨੂੰ ਸੂਚਿਤ ਕੀਤਾ ਹੋਇਆ ਬਾਈ ਤਹਿਸੀਲਦਾਰ ਨੂੰ ਵੀ ਕੋਲੇ ਵੀ ਅਸੀਂ ਦਿੱਤੀ ਹੋਈ ਅਰਜ਼ੀ ਦਿੱਤੀ ਸੀਗੀ ਅਤੇ ਪਟਵਾਰੀ ਕਹਿੰਦਾ ਗਾ 2 ਦਿਨ ਪਹਿਲਾਂ ਵੀ ਕਹਿੰਦਾ ਸੀ ਆਉਣਾ ਹੁਣ ਕਹਿੰਦਾ ਸੀ ਮੈਂ ਸ਼ਾਮ ਨੂੰ ਆਉਣਾ ਅੱਜ ਅਤੇ ਵੇਖੋ ਅੱਜ ਸ਼ਾਮ ਨੂੰ ਆਉਂਦਾ ਗਾ ਅਤੇ ਹੋਰ ਜਿਹੜਾ ਆਪਣੇ ਹਲਕੇ ਦੇ MLA ਆ ਪ੍ਰਤਪਾਲ ਸ਼ਰਮਾ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਕੱਲ੍ਹ ਕਾਲ ਕੀਤੀ ਸੀ ਕਹਿੰਦੇ ਬਾਈ ਅਸੀਂ ਦਿੱਲੀ ਹਾਂ ਸਾਡਾ ਇਲੈਕਸ਼ਨ ਚੱਲੀ ਜਾਂਦਾ ਅਤੇ ਮੈਂ ਆਉਣਾ ਤੁਹਾਡੇ ਕੋਲ ਆਊਂਗਾ ਅਤੇ ਪਰ ਤੁਸੀਂ ਮੇਰੀ ਗੱਲ ਕਰਵਾ ਦਿਓ ਪਟਵਾਰੀ ਨਾਲ ਕੋਈ ਚੱਕਰ ਨਹੀਂ ਤੁਹਾਡਾ ਨੁਕਸਾਨ ਜਿਹੜਾ ਅਸੀਂ ਭਰਪਾਈ ਕਰਵਾਵਾਂਗੇ ਸੀ ਜੋ ਵੀ ਤੁਹਾਡਾ ਹੋਇਆ ਅਤੇ ਫਿਰ ਬਾਈ ਘਰੇ ਤੋਂ ਪਤਾ ਲੱਗੂ ਕੀ ਹੁੰਦਾ ਹੈ ਨਾ ਅੱਜ ਦਿਲਾਸਾ ਅਤੇ ਹੌਂਸਲਾ ਤਾਂ ਜ਼ਰੂਰ ਮਿਲਦਾ ਵੀ ਜਦੋਂ ਇਹੋ ਜਿਹੀ ਸਥਿਤੀ ਹੋਵੇ ਬੰਦੇ ਨੂੰ ਇਸ ਸਥਿਤੀਆਂ 'ਚ ਉੱਠਣਾ ਬਹੁਤ ਔਖਾ ਹੁੰਦਾ ਗਾ ਇੱਕ ਹੁਣ ਭੈਣ ਭਰਾ ਭਰਾਪੇ ਵਾਲੇ ਜਿੰਨੇ ਭੈਣ ਭਰਾ ਹਰ ਇੱਕ ਆਗੇ ਪਾ ਕੇ ਪੁੱਛਦਾ ਬਈ ਆਹ ਕੀ ਗੱਲ ਬਣ ਗਈ ਆ ਜਿੰਨੇ ਜੋਗ ਰਹੇ ਹਰ ਇੱਕ ਜ਼ਿਮੀਦਾਰ ਹਰ ਇੱਕ ਦੇ ਘਰੇ ਆਪਦਾ ਮਸਾਂ ਹੀ ਪੂਰਾ ਹੁੰਦਾ ਹੈ ਨਾ ਇਹ ਹੌਂਸਲਾ ਹੁੰਦਾ ਇੱਕ ਬੰਦੇ ਨੂੰ ਅਤੇ ਆਪਦੇ ਭੈਣ ਭਰਾ ਜਿੰਨੇ ਯਾਰ ਦੋਸਤ ਮਿੱਤਰ ਪਿਆਰੇ ਆ ਜਿੰਨੇ ਰਿਸ਼ਤੇਦਾਰ ਆ ਸਾਰਿਆਂ ਨੇ ਸਪੋਰਟ ਤਾਂ ਕਰਦੇ ਆ ਬਈ ਯਾਰ ਅਸੀਂ ਤੇਰੇ ਨਾਲ ਹਾਂ ਤੂੰ ਟੈਨਸ਼ਨ ਲਾ ਕਿਸੇ ਗੱਲ ਦੀ ਫਿਰ ਵੀ ਆਪਾਂ ਇਹੋ ਜਿਹੇ ਬੰਦੇ ਆ ਕਿ ਹਰ ਇੱਕ ਦੇ ਘਰੇ ਰੋਟੀ ਟਾਈਮ ਪਾਸ ਹੀ ਹੁੰਦਾ ਜ਼ਿਮੀਦਾਰ ਨੋਰਮਲ ਆ ਪਹਿਲਾਂ ਤੂੰ ਕਰਜ਼ਾਈ ਆ ਪਹਿਲਾਂ ਹੀ ਕਿਸਾਨ ਤਾਂ ਦੁਖੀ ਆ ਤੁਹਾਨੂੰ ਪਤਾ ਹੀ ਆ ਕਿੰਨਾ ਕੁ ਫਸਲਾਂ ਦੇ ਮੁੱਲ ਮਿਲਦੇ ਅਤੇ ਕਿਸਾਨ ਦੀ ਕਿਹੋ ਜਿਹੀ ਸਥਿਤੀ ਆ ਠੀਕ ਹੈ ਹੁਣ ਆਪਾਂ ਕਿਸੇ ਤੋਂ ਕੀ ਉਮੀਦ ਰੱਖ ਸਕਦੇ ਹਾਂ ਕੀ ਕਰ ਹੁਣ ਅੱਗੇ ਆਉਣ ਵਾਲੇ ਹਾਲਾਤ ਪਤਾ ਨਹੀਂ ਕਿਹੋ ਜਿਹਾ ਇਹ ਨਹੀਂ ਪਤਾ ਕੱਲ੍ਹ ਆਪਣੇ ਨਾਲ ਕਿਹੋ ਜਿਹਾ ਆਉਣਾ ਹੈ ਨਾ